ਕਿੱਦਾਂ ਹੋ ਸਾਰੇ ਠੀਕ ਹੋ ਹੁਣ ਅਸੀਂ ਨਾਈਟ ਸਟੇ ਦਾ ਸਾਡਾ ਕੋਈ ਪਲਾਨ ਨਹੀਂ ਸੀਗਾ ਲੇਕਿਨ ਯਾਰਾਂ ਦੋਸਤਾਂ ਦੀ ਮੁਹੱਬਤ ਪਿਆਰ ਉਹਨਾਂ ਨੇ ਸਾਨੂੰ ਵਾਪਸ ਜਾਣ ਨਹੀਂ ਦਿੱਤਾ ਕਹਿੰਦੇ ਯੂ ਹੈਵ ਟੂ ਬੀ ਸਟੇ ਹੇਅਰ ਓਵਰ ਨਾਈਟ ਥੋੜ੍ਹਾ ਰਾਤ ਘੁੰਮੀ ਸ਼ੁੰਮੀ ਕੀਤੀ ਹੈ ਗੇੜੀ ਸ਼ੇੜੀ ਮਾਰੀ ਹੈ ਠੀਕ ਹੈ ਪਲਾਨ ਹਾਲੇ ਤੱਕ ਕੋਈ ਬਣ ਨਹੀਂ ਰਿਹਾ ਇਹਨੂੰ ਇੱਕ ਆਈਡੀਆ ਦਿੱਤਾ ਵੀ ਜੋ ਦੁਬਈ ਫਰੇਮ ਆ ਤੂੰ ਉਹਦੇ ਨੇੜੇ ਤੇੜੇ ਲੈ ਕੇ ਚੱਲ ਅਗਰ ਉਹਨੂੰ ਦੇਖ ਕੇ ਮਨ ਹੋ ਗਿਆ ਮਤਲਬ ਦਿਲ ਲੱਗਿਆ ਕਿ ਹਾਂ ਯਾਰ ਇਹਦੇ ਉੱਤੇ ਚੱਲ ਕੇ ਆਉਂਦੇ ਹਾਂ ਜ਼ਰੂਰ ਗੇੜਾ ਕੱਢ ਦਾਂਗੇ ਫਿਰ ਉਹਦੇ ਅਗਰ ਦਿਲ ਨਹੀਂ ਕੀਤਾ ਫਿਰ ਸਿੱਧਾ ਵਾਪਸ ਆਲੈਂਡ ਜਾਵਾਂਗੇ ਠੀਕ ਹੈ ਜੀ ਇਹ ਤੁਹਾਡੀ ਇਨਫੋਰਮੇਸ਼ਨ ਲਈ ਇੰਡੀਆ ਵਾਲੇ ਭਰਾਵਾਂ ਨੂੰ ਸਾਰਿਆਂ ਨੂੰ ਈਦ ਮੁਬਾਰਕ ਅਗੇਨ ਕਿਉਂ ਬਈ ਈਦ ਮੁਬਾਰਕ ਈਦ ਮੁਬਾਰਕ ਜੀ ਦੋਸਤ ਮੇਰੇ ਸੁੱਤੇ ਪਏ ਨੇ ਅਸੀਂ ਦੋਨੋਂ ਨਿਕਲੇ ਆਏ ਹਾਂ ਕਿਉਂਕਿ ਅਸੀਂ ਵਾਪਸ ਜਾਣਾ ਅਲੈਨ ਐਕਸਪਲੋਰ ਕਰਕੇ ਕੁਛ ਨਾ ਕੁਛ ਫਿਰ ਦੇਖਦੇ ਹਾਂ ਕੀ ਬਣਦੀ ਕਹਾਣੀ ਖਾਣਾ ਕਰਕੇ ਬਈ ਫਿਟਨੈਸ ਤਾਂ ਖਾਣੇ ਪੀਣੇ ਕਰਕੇ ਢਿੱਡ ਨਹੀਂ ਹੁੰਦਾ ਇਹਨਾਂ ਦਾ ਕਿੰਨੇ ਦਾ ਕੁੜੀ ਉਹਦਾ ਰਸ਼ੀਨ ਦਾ ਠੀਕ ਆ ਮੈਨੂੰ ਕਹਿੰਦਾ ਬਾਈ ਕੁਦਰਤੀ ਸੋਹਣੀ ਹੁੰਦੀ ਆ ਮੈਂ ਕਿਹਾ ਕੁਦਰਤੀ ਫਿੱਟ ਹੁੰਦੀ ਆ ਕੁਦਰਤੀ ਫਿੱਟ ਹੁੰਦੀ ਆ ਕੁਦਰਤੀ ਸੋਹਣੀ ਹੁੰਦੀ ਆ ਨੈਚੁਰਲੀ ਆਪਾਂ ਆਪ ਨਾਲ ਲੱਗ ਗਏ ਫਿਰ ਲੈ ਸਰ ਸਮ ਕਾਫੀ ਕੁੜੀ ਮੈਂ ਦਿਖਾ ਨਹੀਂ ਸਕਦਾ ਕੈਮਰਾ ਆਪਾਂ ਮਾਰਨਾ ਨਹੀਂ ਕਿਉਂਕਿ ਇਹ ਸਹੀ ਨਹੀਂ ਹੈਗਾ ਦੇਖ ਕੇ ਤਰ੍ਹਾਂ ਨਿਕਲ ਗਿਆ ਸੋਹਣੀ ਬਹੁਤ ਹੈ ਬਾਈ ਫਿੱਟ ਗਿਆ ਬਸ ਕੋਈ ਫਿੱਟ ਫੁੱਟ ਨਹੀਂ ਗਿਆ ਇਹਨੇ ਸੋਹਣੀ ਗਿਆ ਹੈ ਚੱਲ ਕੋਈ ਨਹੀਂ ਚਲੋ ਯਾਰ ਸਵੇਰ ਉੱਠ ਕੇ ਆ ਗਏ ਹਾਂ ਅਤੇ ਕੌਫੀ ਪੀਂਦੇ ਚਲੋ ਫਿਰ ਹਾਂ ਕੌਫੀ ਹੋ ਜਾਏ ਫਿਰ ਹੋ ਗਿਆ ਬ੍ਰੇਕਫਾਸਟ ਹੋ ਗਿਆ ਕੀ ਖਾ ਰਿਹਾ ਤੁਹਾਡੇ ਬੀਫ ਪਫ ਕੀ ਹੈ ਇੱਕ ਬਾਈਟ ਦੇ ਦੇ ਮੈਨੂੰ ਮੈਂ ਖਾਂਦਾ ਨਹੀਂ ਇਹਨੇ ਖਾਣਾ ਸੀ ਮੇਰੇ ਲਈ ਕੌਫੀ ਵਧੀਆ ਡਾਇਟ ਅੱਜ ਕੱਲ੍ਹ ਫੇਸ ਮੋਟਾ ਹੋ ਗਿਆ ਨਾ ਮਤਲਬ ਫੈਟ ਹੋ ਗਈ ਨਾ ਜ਼ਿਆਦਾ ਫੈਟੀ ਬੋਏ ਘੱਟ ਕਰਨਾ ਪਰਸਨਲ ਟ੍ਰੇਨਰ ਦੇ ਨਾਲ ਰਹਿਣ ਦਾ ਇੱਕ ਅਗਰ ਵੇਟ ਘਟਾਉਣਾ ਯੂ ਵਾਂਟ ਟੂ ਰਿਡਿਊਸ ਯੂਅਰ ਵੇਟ ਤੁਹਾਨੂੰ ਕੁਛ ਨਾ ਕੁਛ ਆਈਡੀਆ ਮਿਲਦੇ ਰਹਿੰਦੇ ਨੇ ਤੁਸੀਂ ਫੋਲੋ ਕਰਦੇ ਜਾਓ ਤੁਹਾਡਾ ਵੇਟ ਘੱਟ ਜੂਗਾ ਲੈ ਅਸੀਂ ਮਿਲਦੇ ਹਾਂ ਡਾਇਰੈਕਟ ਦੁਬਈ ਫਰੇਮ ਦੇ ਲਾਗੇ ਛਾਗੇ ਹਾਂਜੀ ਕਿੱਦਾਂ ਹੋ ਸਾਰੇ ਦੋਸਤ ਮੇਰੇ ਮਿੱਤਰ ਮੇਰੇ ਫਰੈਂਡਸ ਮੇਰੇ ਯਾਰ ਮੇਰੇ ਬੇਲੀ ਸਬਸਕ੍ਰਾਈਬਰ ਮੇਰੇ ਵਿਊਅਰਸ ਔਰ ਦੁਬਈ ਫਰੇਮ ਦੁਬਈ ਫਰੇਮ ਆਈਡੀਆ ਤੁਹਾਨੂੰ ਲੱਗ ਹੀ ਗਿਆ ਹੋਣਾ ਵੀ ਰੀਚਡ ਹੇਅਰ ਚਲੋ ਟਿਕਟ ਲੈਂਦੇ ਹਾਂ ਕਾਊਂਟਰ 'ਤੇ ਜਾ ਕੇ ਕਾਊਂਟਰ 'ਤੇ ਦੁਬਈ ਫਰੇਮ ਦੇ ਇੱਥੋਂ ਟਿਕਟ ਮਿਲੇਗੀ ਦਿਸ ਇਜ਼ ਦਾ ਮੇਨ ਗੇਟ ਗਾਈਜ ਇੱਥੋਂ ਐਂਟਰੀ ਕਰਾਂਗੇ ਅਸੀਂ ਹਾਊ ਮਚ 105 ਹਾਂ ਯੈਸ ਫੋਟੋ ਹਿਨਾ ਹਿਨਾ ਮਿੰਨੀ ਮੌਜੂਦ ਥੈਂਕ ਯੂ ਹਾਉ ਯੂ ਬ੍ਰੋ ਟੂ ਮਚ ਔਰ ਯਾਰ ਥੈਂਕ ਯੂ ਗਾਇਸ ਦਿਸ ਇਜ਼ ਦ ਟਿਕਟ ਵੀ ਗਾਟ ਇਟ ਐਂਡ ਵਿਲ ਗੋ ਵੀ ਮੂਵ ਨਾਓ ਹੀਰੋ ਹਾਉ ਆਰ ਯੂ ਵਾਟਸ ਯੂਰ ਨੇਮ ਫਿਨਿਸ਼ ਫਿਨਿਸ਼ ਸੀ
शुगर लग रहा वधिया विजिटर आ रहे हैं लेकिन गर्मी बड़ी है हॉट है बहुत ज्यादा अगर इवनिंग टाइम आने तो एक तो गर्मी तो बचोगे दूसरा तुम लाइटिंग वगैरह बहुत अच्छी मिलेगी इतने ठीक है दिस इज द मेन एंट्रेंस नाउ वी आर गोइंग टू शो द टिकट टू देम थैंक यू सर थैंक यू वी एंटर्ड एटलीस्ट ए सी आउटसाइड तो गर्मी है अगर तुम आना तो भाई टिशू पेपर आपके नाल लै लियो ठीक है तो थोड़ा एक व्यू दे दिना मैं इट इज़ वेरी नाइस दे डन इट फैबुलस जॉब वॉइस फ्रेम सी अंदर आके फेस ही चेंज हो जाता बंदे का पानी की बॉटल टिशू थैंक यू वगैरह पसीना पहुंचो सही था विजिटर्स चलो फिर लाइन से लगेंगे एक बाय वन ग्रुप जाएगा उ कैमरा ऑन ही रख रहे हैं इट्स मूविंग इधर आ छोटे राइट साइड इधर एक्सीलेटर पे उस तो बाद हाफ हाफ स्टेयर आ गए जी पौड़ियों से पंजाबियों दी पौड़ियों से आ गए असि दोनों भाई फर्स्ट फ्लोर है गाइस फर्स्ट फ्लोर से आगे और वी गोना नाउ एंटर हियर सी दिस इज द बेस्ट यार ओ वेरी नाइस जो तुम देख रहे हो दुबई का ओल्ड कल्चर अपना ओल्ड कल्चर शो किया वीडियोज़ के बच्चे राइट सी इट्स वेरी नाइस व्यू यू कैन फील हियर सम क्लाउड्स ਸ਼ਰਫੀਆਂ ਪਹਿਲਾਂ ਆਪਦੇ ਟ੍ਰੈਡੀਸ਼ਨਲ ਪੁਰਾਣੇ ਟਾਈਮ ਨੂੰ ਨਹੀਂ ਭੁੱਲਦੇ ਜੋ ਗੈਲਰੀ ਇਹਨਾਂ ਨੇ ਸ਼ੋਅ ਆਫ ਕੀਤੀ ਹੈ ਨਾ ਸੀ ਲੈਂਪ ਕੈਨ ਸੀ ਇਟ ਹੇਅਰ ਦਿਸ ਸ਼ੋਪ ਰੂਫ ਟੌਪ ਸੀ ਐ ਸਿਕਿਉਰਿਟੀ ਗਾਰਡ ਖੜਾ ਯਾਰ इन्हें चेक करना लो जी हम पेंट रोन लगे हाँ लिफ्ट दे बेच जो एंटर हो गए व्यू डेक दब दे भाई अपने आप आ गया सिक्योरिटी ने कुछ नहीं करना मैनू पता सी
the briefing. ਬਹੁਤ ਸੀਰੀਅਸ ਹੋ ਕੇ ਸੁਣੋ। ਆਲਰਾਈਟ ਨਾਓ ਯੂ ਆਰ ਇਨ ਨੰਬਰ 8। ਮੈਂ ਸੀਰੀਅਸ ਹੋ ਕੇ ਸੁਣੂਗਾ। ਆ ਬਹੁਤ ਸੀਰੀਅਸ ਹੋ ਕੇ ਸੁਣਦਾ। ਥੈਂਕ ਯੂ। ਉਹ ਲੈਕਸੀ ਉਹ ਤੋਂ ਬਾਹਰ ਆ ਗਏ ਇੱਥੇ। ਜਦੋਂ ਐਂਟਰ ਹੋਏ ਤਾਂ ਇੱਥੇ ਬਰੀਫਿੰਗ ਸ਼ੁਰੂ ਹੋਈ। ਬਰੀਫਿੰਗ ਬਾਈ ਸਟਾਫ। ਦੁਬਈ ਫਰੇਮ ਦੇ ਡੈਕ ਤੇ ਆ ਗਏ ਆ ਇਹ ਵਿਜ਼ਿਟਰਸ ਨੇ। ਸੀ ਐਕਸਾਈਟਡ ਪਾਰਟ ਜੋ ਹੈ ਨਾ ਡੈਕ ਦਾ ਐਕਸਾਈਟਡ ਪਾਰਟ ਹੈ। ਸੀ ਸ਼ੀ ਇਜ਼ ਬ੍ਰਿਲੀਅੰਟ ਬਰੀਫ ਅਸ। ਥੈਂਕ ਯੂ। ਤੁਸੀਂ ਮੇਰੇ ਫੁੱਟ ਸਟੈਪ ਦੇਖਿਓ। ਓਕੇ ਓ Guys, if you can see, देखो यार तुम बंदे देखे दे नीचे वॉक कर दे। Here. ये पूरा ये फ्रेम है यार ग्लास का फ्रेम है। थोनू ਡਾਊਨ ਸਾਈਡ 'ਤੇ ਪ੍ਰੋਪਰ ਗੱਡੀਆਂ ਖੜੀਆਂ ਦਿਖੀਆਂ ਬੰਦੇ ਵਾਕ ਕਰਦੇ ਦਿਖਣਗੇ। ਐਕਸਾਈਟਡ ਪਾਰਟ ਇਹਦਾ ਇਹੀ ਆ ਬਾਜੀ ਤਰਾਂ ਨਿਕਲ ਜਾਂਦਾ ਬੰਦੇ ਦਾ। ਮੇਰੇ ਨਾਲ ਜੋ ਸਫਾਈ ਆਇਆ ਸੀ ਉਹ ਗੁੰਮ ਹੋ ਗਿਆ ਯਾਰ ਐਕਚੁਅਲੀ। ਵੇਅਰ ਇਜ਼ ਹੀ? ਕਿਤੇ ਨਹੀਂ ਦਿਖਾਈ ਦੇ ਰਿਹਾ, ਕਿਤੇ ਵੀ ਨਹੀਂ ਲੱਭਿਆ। ਆਹ ਫਿਰਦਾ ਲੱਭ ਲਿਆ। ਬਹੁਤ ਸੋਹਣਾ ਵਿਊ ਆ। ਪੈਸਾ ਵਸੂਲ ਹੋ ਜੂ ਬਾਈ ਜੀ, ਆ ਜਾਓ। ਇਹ ਗਰੰਟੀ ਆ। ਥੋੜ੍ਹੀ ਆਊਟਸਾਈਡ ਗਰਮੀ ਆ, ਤੁਹਾਨੂੰ ਪਸੀਨਾ ਆਏਗਾ। ਐਕਸਾਈਡ ਹੋਣ ਦੇ ਦੁਬਈ ਹੈ। ਨਹੀਂ ਬੋਲਣਾ ਇਧਰ 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 ਇਹ ਸਪੈਸ਼ਲ ਤੁਹਾਡੇ ਕਰਕੇ ਬਣਾਇਆ ਵਲੌਗ। ਮੈਂ ਤਾਂ ਆ ਗਿਆ ਆਲਰੇਡੀ, ਪਹਿਲਾਂ ਵਿਜ਼ਿਟ ਕਰ ਲਿਆ। ਇਹਨੇ ਨਹੀਂ ਕੀਤਾ ਸੀ ਵਿਜ਼ਿਟ, ਅਤੇ ਵਿਚਾਰਾ ਜਦੋਂ ਬੋਲਦਾ ਮੈਂ ਯਾਰ ਡਰਾਫਟ ਕਰ ਦੇਣਾ। ਇੱਕ ਅੱਧਾ ਲਫ਼ਜ਼ ਬੋਲਣਾ ਹੁੰਦਾ ਇਹਨੇ। ਚੱਲ ਬੋਲ ਯਾਰ, ਕੀ ਬੋਲਣਾ ਬਸ ਯਾਰ, ਬੋਲ ਯਾਰ ਬਾਈ। ਨਹੀਂ ਨਹੀਂ ਬੋਲਦੇ ਯਾਰ, ਅਸੀਂ ਕਹਿਣਾ ਸੀ ਇੱਕ ਪਾਸੇ ਓਲਡ ਹੈ ਇੱਕ ਪਾਸੇ। Guys, a one sided view hai. ਕਾਇੰਡ ਆਫ ਐਕਟੀਵਿਟੀਜ਼ ਨਵੇਂ ਨਵੇਂ ਰੂਲ ਪਤਾ ਲੱਗਦੇ ਨੇ। ਤੁਸੀਂ ਇਸ ਤਰ੍ਹਾਂ ਹੀ ਬੈਠ ਸਕਦੇ ਹੋ ਗੋਡੇ ਲਾ ਕੇ, ਨੀ ਡਾਊਨ। ਓਕੇ, ਇੱਥੇ ਆ ਕੇ ਤੁਸੀਂ ਦੇਖੋ ਪੂਰਾ ਸਟੈਪ ਬਾਏ ਸਟੈਪ। ਹਰ ਜਗ੍ਹਾ ਮੇਰੇ ਬੂਟ ਦੇਖਣ ਇੱਕ ਹੀ ਪਾਈ ਫਿਰਦਾ ਯਾਰ, ਇਹ ਦੇਖੋ। Whenever you visit here, meet Jason, okay? Say bye-bye. Okay, guys. See you. Guys, bachche bhi bore nahi honge. Activities hai ki nahi, chhotiyan. Ye kuch rakhya unhone, lekin sanu pata nahi, bhai ji, ki hai. ਇੱਥੋਂ ਸਟਾਰਟ ਕੀਤਾ ਸੀਗਾ। ਓਕੇ, ਵਾਕ ਅਰਾਊਂਡ ਹੀਅਰ, ਕਾਫੀ ਐਕਟੀਵਿਟੀ ਸਾਈਡ 'ਤੇ, ਮਤਲਬ ਬੱਚਿਆਂ ਲਈ ਵੀ, ਤੁਹਾਡੇ ਲਈ ਵੀ, ਫੋਟੋਜ਼ ਵਗੈਰਾ। ਦੈਨ ਵਿਲ ਗੋ ਥਰੂ ਦੈਟ ਪੋਰਸ਼ਨ, ਦੈਟ ਗੇਟ।
ਵਾਸਤੇ 10 ਦਰਾਂ ਪਾਓ ਠੀਕ ਹੈ ਦੈਨ ਦਿਸ ਇਜ਼ ਦਾ ਕੋਇਨ ਇੱਕ ਕੋਇਨ ਸਿਲੈਕਟ ਕਰੇਗਾ ਯੈਸ 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 ਪਲੀਜ਼ ਯੈਸ ਪਲੀਜ਼ ਐ ਜੋ ਬੱਚਾ ਰੋਟੇਟ ਕਰ ਰਿਹਾ ਰੋਟੇਟ ਕਰਕੇ ਦੈਨ ਐ ਕੋਇਨ ਬਾਹਰ ਆਉਂਦਾ ਵਨ ਬਾਏ ਵਨ ਕਰਕੇ ਦੋਨੋਂ ਸਾਈਡ ਦਿਖਾਉਣਾ ਠੀਕ ਹੈ ਇਹ ਜੋ ਦਿਖਾ ਰਹੇ ਹਾਂ ਇਹ ਓਲਡ ਦੁਬਈ ਆ ਮਤਲਬ ਪੁਰਾਣੀ ਦੁਬਈ ਆ I'll show you that new Dubai, new building. This side is new building. Burj Khalifa, Burj Khalifa. Worth it, yaar. ਅਗਰ ਟਿਕਟ ਲੈਣੇ ਆ ਬਾਏ ਕਰਕੇ ਕਿੰਨੇ ਦੀ ਟਿਕਟ 105 105 ਤਰ੍ਹਾਂ ਦੀਆਂ ਦੋ ਟਿਕਟ ਪਲੱਸ ਟੈਕਸ ਮਤਲਬ 50 ਦੀ ਇੱਕ ਦੋ ਟਿਕਟ 100 ਤਰ੍ਹਾਂ ਪਲੱਸ ਵੈਟ ਸਬਸਕ੍ਰਾਈਬ ਕਰ ਦਿਓ ਸਾਡੇ ਚੈਨਲ ਨੂੰ ਜਿੰਨਾ ਵੀ ਪਿਆਰ ਮਿਲਦਾ ਸਾਨੂੰ ਬੜੀ ਮਿਹਰਬਾਨੀ ਯਾਰ ਤੁਹਾਡੀ ਓਕੇ ਵੈਰੀ ਨਾਈਸ ਵੀ ਯਾਰ ਜਦੋਂ ਤੁਸੀਂ ਖਤਮ ਕਰਕੇ ਬਾਹਰ ਆਉਂਦੇ ਨਾ ਵਿਜ਼ਿਟ ਬਾਹਰ ਨਿਕਲਦੀ ਕ੍ਰਿਸਟਲ ਬਲੂ ਲਾਈਟਸ Thank you for watching DuBro channel and this visit Dubai trip fantastic very nice yeah visit karo paisa vasoola and please subscribe the channel ki ho gi photo click kiti si aur wo photo digital board hai ga ਇੱਥੇ ਆ ਕੇ ਤੁਸੀਂ ਆਟੋਮੈਟਿਕ ਫੋਟੋ ਇੱਥੇ ਆ ਜਾਏਗੀ ਆਟੋਮੈਟਿਕ ਇੱਥੋਂ ਤੁਸੀਂ ਮਤਲਬ ਅੱਗੇ ਦੇ ਦੇਣਾ ਕੀ ਪ੍ਰੋਸੈਸ ਆ ਜਾਂ ਕਾਫੀ ਲੈ ਸਕਦੇ ਜਾਂ ਕੁਛ ਵੀ ਉਹਦੇ ਪੈਸੇ ਜ਼ਰੂਰ ਲੈਣਗੇ ਪੱਕੀ ਗੱਲ ਫੋਰ ਸ਼ੋਪਿੰਗ ਇਫ ਯੂ ਵਾਂਟ ਇਟ ਅਗਰ ਸ਼ੋਪਿੰਗ ਕਰਨੀ ਆ ਕੱਪ 50 ਇਟਸ ਵੈਰੀ ਨਾਈਸ ਯਾਰ ਹੁਣ ਅਸੀਂ ਜਾ ਰਹੇ ਘਰ ਨੂੰ ਬਾਈ ਹਾਲੇ ਠੀਕ ਹੈ ਇਹ ਦੇਖੋ ਤਰ੍ਹਾਂ ਨਿਕਲਣਾ ਇਸ ਤੋਂ ਬਾਹਰ ਗਏ ਤਾਂ ਗਰਮੀ ਸ਼ੁਰੂ ਲੈਟਸ ਗੋ ਓ ਸ਼ਿਟ ਟੂ ਹੌਟ ਸੀ ਕੈਮਰਾ ਆਲਸੋ ਹਿਊਮਿਡਿਟੀ ਸੀ ਹਿਊਮਿਡਿਟੀ 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 ਕੈਮਰਾ ਵੀ ਓਕੇ ਗਾਇਸ ਬਾਏ ਥੈਂਕ ਯੂ ਸੋ ਮਚ ਜਾ ਰਹੇ ਹਾਂ ਘਰ ਨੂੰ ਵਿਜ਼ਿਟਰਸ ਕਾਫੀ ਨੇ ਅਸੀਂ ਸੋਚਿਆ ਸੀਗਾ ਗਰਮੀ ਹੋਊਗੀ ਅਤੇ ਵਿਜ਼ਿਟਰ ਸ਼ਾਮ ਨੂੰ ਜ਼ਿਆਦਾ ਨਿਕਲਣਗੇ ਲੇਕਿਨ ਨਹੀਂ ਜਿਨ੍ਹਾਂ ਨੇ ਛੁੱਟੀ ਇੰਜੋਏ ਕਰਨੀ ਆ ਉਹ ਕਰਦੇ ਨੇ ਓਕੇ ਗਰਮੀ ਖਾਲੀ ਵਾਲੀ